सुनावा यार, दिल ही निकाल रहा है, समझ नहीं आ रही। मंजिलें भी उसकी थी, रास्ता भी उसका था। मंजिलें भी उसकी थी, रास्ता भी उसका था। एक मैं ही अकेली थी, काफिला भी उसका था। साथ साथ चलने की सोच भी उसकी थी, फिर रास्ता बदलने का फैसला भी उसका था। फिर रास्ता बदलने का फैसला भी उसका था। मैं इस शहर में रहूं या ना रहूं, ये उसका हुक्म था। अगर मैं थक के चल पड़ी तो वो रास्ता बदलने लगा। वाह 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 वाह। तो पंजाबी दे शेर तुसी बड़े बड़े चुके, मतलब वड्डी क्लैप आउंदी हुंदी सी। याद नहीं आ रहे, इस टाइम पोजीशन इहो जी है, याद नहीं आ रहे। नहीं, इस टाइम ज़हन च ही नहीं कोई आ रहे। वक्त है ना, जो इस टाइम मेरी पोजीशन है, दिमाग भी लड़ रहा है, दिल भी लड़ रहा, हर शाय ही लड़ रही है। तनु लोग आज भी देखना चाहते ने, आज भी सुनना चाहते ने, मेरे वास्ते दुआ करन, सारे मेरे वास्ते दुआ करन, लब नु शफा दे देवे, जे ते रही जिंदा ते जहर में अपने प्यारे नु सारे नु फिर हसावांगी। लेकिन आज मेनु इना दी जरूरत है, मेरे लिए दुआ करन बस, मेनु होर कुछ नहीं चाहिदा। मेरी सारी आवाम वास्ते यही गल है कि मेरी दुआ मेरे लिए करन, अल्लाह मेनु शफा दे दे, और अल्लाह मेनु किसी का मोहताज ना करे। अल्लाह मेरे जिन्ने प्यारे ने सब दी खैर फरमाए। बस बिस्मिल्लाह, ताड़ी नजर है नहीं यार, नहीं नहीं, मैं पता है, लेकिन मैं मेरी गल तो सुन लो, ताड़ी नजर है ना, असीं तां नहीं कख वी नहीं ताड़े वास्ते। मैनू इन्ना क अफसोस है कि असीं ते इंज एक सैकंड तो एक मिनट तो पहला, भाभी जी मैं ते तुहानूं इह पुछ लैणा सी कि तुहाडे टोटल इलाज दे पैसे किन्ने ने, ते तुसीं सानूं हुक्म करो, ਤੁਸੀਂ ਇਹ ਦੱਸੋ ਤੁਹਾਡੀਆਂ ਮਹੀਨੇ ਦੀਆਂ ਮੈਡੀਸਨ ਕਿੰਨੇ ਦੀਆਂ ਆਉਂਦੀਆਂ ਨੇ। ਅਸੀਂ ਤੁਸੀਂ ਦੇਖਿਆ ਹੀ ਹੈ ਸਾਨੂੰ, ਅਲਹਮਦੁਲਿਲਾ, ਲੇਕਿਨ ਜੋ ਇਸ ਮੁਲਕ ਦੇ ਵਕਤ ਦੇ ਹਾਲਾਤ ਨੇ, ਹਾਲਾਤ ਬੜੇ ਭੈੜੇ ਨੇ, ਬਿਲਕੁਲ ਹਾਲਾਤ ਬੜੇ ਭੈੜੇ ਨੇ, ਕੋਈ ਇਹਨਾਂ ਔਰ ਲੇਟ ਆਉਣ ਦੀ ਵਜ੍ਹਾ ਵੀ ਸੋਨੇ, ਅੱਲਾ ਤੁਹਾਨੂੰ ਬਹੁਤ ਦੇਵੇ, ਜਜ਼ਾਕ ਅੱਲਾ। ਕੱਖ ਵੀ ਨੇ ਨਜ਼ਰ ਤੁਹਾਡੀ, ਇੱਕ ਸ਼ੇਰ ਦੀ ਇੱਕ ਨਜ਼ਰ ਹੈ, ਮੈਂ ਬੱਚਿਆਂ ਤੁਹਾਡਾ ਕੀ ਹੋ ਗਿਆ। ਤੁਹਾਨੂੰ ਮੇਰੀ ਗੱਲ ਸੁਣੋ, ਮੈਂ ਉਹ ਤੁਹਾਡੇ ਸ਼ਾਗਿਰਦਾਂ ਦਾ ਆਪਣਾ ਮਾਮਲਾ, ਲੇਕਿਨ ਮੈਂ ਤੇ ਤੁਹਾਡਾ ਬੱਚਾ, ਤੁਹਾਨੂੰ ਇਹ ਪਤਾ ਹੈ, ਮੈਂ ਕੋ ਅੱਜ ਤੇ ਨਹੀਂ ਨਾ ਆਇਆ, ਤੁਸੀਂ ਬਿਮਾਰ ਹੋਏ ਹੋ ਤੇ, ਮੈਂ ਤੇ ਪਹਿਲੇ ਵੀ ਤੁਹਾਡੇ ਕੋ ਘਰ ਕਈ ਦਫਾ, ਤੁਹਾਨੂੰ ਮੈਂ ਕਿਤੇ ਆਊਟਡੋਰ ਮਿਲੇ ਆ, ਤੇ ਮੈਂ ਤੁਹਾਡੀ ਇੰਜੀ ਰਿਸਪੈਕਟ ਕੀਤੀ, ਇਸ ਗੱਲ ਦੀ ਤੇ ਗਵਾਹੀ ਤੁਸੀਂ ਦੇ ਸਕਦੇ ਹੋ। ਅੱਲਾਹ ਤੁਹਾਨੂੰ ਸਲਾਮਤੀ ਦੇਵੇ ਔਰ ਅੱਲਾਹ ਤਰੱਕੀਆਂ ਦੇਵੇ। ਮੈਨੂੰ ਕਿਸੇ ਤੇ ਕੋਈ ਗਿਲਾ ਨਹੀਂ ਯਾਰ, ਖੋਰੇ ਮੈਂ ਮਹੀਨਾ ਵਾਂ, 15 ਦਿਨਾਂ, 2 ਦਿਨਾਂ, 4 ਦਿਨਾਂ, ਲੇਕਿਨ ਜਿਨ੍ਹਾਂ ਦੇ ਦਿਲਾਂ 'ਚ ਮੇਰੇ ਬਾਰੇ ਗਿਲੇ ਨੇ ਨਾ, ਅੱਲਾਹ ਦਾ ਵਾਸਤਾ ਜੇ ਸਭ ਕੱਢ ਦਿਓ। ਮੈਂ ਬਹੁਤ ਨੀਟ ਐਂਡ ਕਲੀਨ ਬੀਬੀ ਹਾਂ, ਤੇ ਸਾਰੇ ਪਿਆਰ ਕਰੋ, ਮੈਨੂੰ ਤੁਹਾਡੇ ਪਿਆਰ ਦੀ ਜ਼ਰੂਰਤ ਹੈ ਬਸ। ਸਾਡੇ ਇੱਕ ਬਹੁਤ ਹੀ ਪਿਆਰੇ ਦੋਸਤ ਨੇ ਇਸਲਾਮ ਵਟਸਐਪ, ਉਹਨਾਂ ਦਾ ਹਾਰਟ ਦਾ ਓਪਨ ਬਾਈਪਾਸ ਹੋਇਆ ਹੈ, ਉਹਨਾਂ ਵਾਸਤੇ ਦੁਆ ਫਰਮਾਉਣਾ, ਤੇ ਬੜੇ ਪਿਆਰ ਵਾਲੇ ਨੇ ਉਹ, ਸਾਡੇ ਮਤਲਬ ਮਿੱਤਰ ਨੇ ਔਰ ਸਾਡੇ ਇਸ ਮਿਸ਼ਨ ਦਾ ਹਿੱਸਾ ਨੇ। ਅੱਲਾਹ ਤਾਲਾ ਭਾਈ ਉਹਨਾਂ ਨੂੰ ਸਿਹਤ ਕਾਮਲਾ ਅਜਲਾ ਤਾ ਫਰਮਾਏ, ਕਿਉਂਕਿ ਵੇਖੋ ਜੀ ਅੱਲਾਹ ਦੀ ਇਹ ਮਸ਼ੀਨਰੀ ਹੈ, ਇਹਦੇ ਬਗੈਰ ਗੁਜ਼ਾਰਾ ਨਹੀਂ। ਹੁਣ ਮੈਨੂੰ ਕਹਿੰਦੇ ਨੇ ਜੀ ਪਿੱਤਾ ਤੁਹਾਡਾ ਕੱਢਣਾ ਹੈ, ਤੇ ਜਿਹੜੀ ਚੀਜ਼ ਅੱਲਾਹ ਨੇ ਲਾਈ ਉਹ ਕਿਸੇ ਕੰਮ ਵਾਸਤੇ ਹੀ ਲਾਈ ਹੈ ਨਾ, ਜਦੋਂ ਨਿਕਲ ਜਾਏਗੀ ਤੇ ਉਹਦੀ ਕਮੀ ਦੇ ਵਿੱਚ ਰਹੇਗੀ ਨਾ। ਲੇਕਿਨ ਕੋਈ ਗੱਲ ਨਹੀਂ, ਅੱਲਾਹ ਸ਼ਫਾਏ ਕਾਮਲਾ ਅਜਲਾ ਤਾ ਫਰਮਾਏ। ਇਸਲਾਮ ਵਟਸਐਪ ਤੁਹਾਨੂੰ ਅੱਲਾਹ ਦੀ ਜ਼ਾਤ ਰਹਿੰਦੀ ਦੁਨੀਆਂ ਤੱਕ ਜੀਵੋ, ਔਰ ਸ਼ਫਾ ਮਿਨ ਜਾਨਬ ਅੱਲਾਹ, ਅਸੀਂ ਦੁਆ ਕਰ ਸਕਦੇ ਹਾਂ। ਔਰ ਮੈਨੂੰ ਇਹ ਪਤਾ ਹੈ ਕਿ ਬਿਮਾਰ ਦਿਵਾ ਕਰੇ ਨਾ ਕਿਸੇ ਵਾਸਤੇ, ਤੇ ਅੱਲਾਹ ਕਬੂਲ ਕਰਦਾ, ਤੇ ਮੈਂ ਸਪੈਸ਼ਲੀ ਨਮਾਜ਼ 'ਚ ਵੀ ਦੁਆ ਕਰਾਂਗੀ। ਜਜ਼ਾਕ ਅੱਲਾਹ। ਤੇ ਕੋਈ ਪੰਜਾਬੀ ਦੇ ਸ਼ੇਰ ਇੱਕ ਦੋ ਸੁਣਾ ਦਿਓ, ਇਹਨੂੰ ਬੰਦ ਕਰੀਏ ਫਿਰ, ਕਿਉਂਕਿ ਇਸ ਟਾਈਮ ਤੁਹਾਡੀ ਤਬੀਅਤ ਜਿਹੜੀ ਹੈ ਨਾ, ਉਹ ਮੈਂ ਦੇਖ ਰਿਹਾ ਵਾਂ, ਤੇ ਜਦ ਮੈਂ ਇਸ਼ਕ ਦੇ ਵਿਹੜੇ ਵੜਿਆ, ਜਦ ਮੈਂ ਇਸ਼ਕ ਦੇ ਵਿਹੜੇ ਵੜਿਆ, ਇਸ ਇਸ਼ਕ ਨੇ ਮੇਰੀ ਦਨਾਈ ਲੁੱਟ ਲਈ। ਅੱਗੇ ਵੱਧ ਕੇ ਜੇ ਸੀਨੇ ਲਾਇਆ, ਇਸ ਇਸ਼ਕ ਨੇ ਮੇਰੀ ਰਸਾਈ ਲੁੱਟ ਲਈ। ਇਸ਼ਕ ਲੁੱਟਦਾ ਏ ਨਬੀਆਂ ਪੈਗੰਬਰਾਂ ਨੂੰ, ਕਈ ਬਾਦਸ਼ਾਹਾਂ ਦੀ ਬਾਦਸ਼ਾਹੀ ਲੁੱਟ ਲਈ। ਹੋ ਅਜੇ ਤੇਰਾ ਕੀ ਲੁੱਟਿਆ ਬੁੱਲਿਆ, ਇਸ ਇਸ਼ਕ ਤੇ ਖੁਦਾ ਦੀ ਖੁਦਾਈ ਲੁੱਟ ਲਈ। ਕਿਆ ਕਹਿਣੇ ਬਸ ਇੱਕ ਦੋ ਹੋ ਰਹੇ ਸੀ। ਨਹੀਂ ਬਸ ਮੈਨੂੰ ਨਹੀਂ ਯਾਦ ਆ ਰਹੇ ਜਾਨ ਮੇਰੀ, ਹੁਣ ਨਹੀਂ ਯਾਦ ਆ ਰਹੇ ਮੈਨੂੰ, ਜ਼ਿਹਨ 'ਚ ਨਹੀਂ ਆ ਰਹੇ। 6 ਮਹੀਨੇ ਹੋ ਗਏ ਨੇ ਮੈਂ ਇਸ ਬਿਮਾਰੀ ਨਾਲ ਲੜ ਲੜ ਕੇ, ਬੁਰਾ ਹਾਲ ਹੋ ਗਿਆ।
अच्छा भाभी जी अल्लाह तुहानू सलामती दे, जिंदे ते वसदे रहो ते जुग जुग जियो, ते असीं तुहानू हमेशा फिर उसे तरह देखना चाहते हाँ। ਤੁਹਾਡੀ ਆਵਾਜ਼ ਇੱਕ ਹਾਲ ਚ ਦੂਸਰੇ ਹਾਲ ਤੱਕ ਜਾ ਰਹੀ ਹੁੰਦੀ ਸੀ, ਏਡੀ ਆਵਾਜ਼ ਕਰਕੇ ਦੇਖ ਤੁਹਾਡੀ। ਫੈਸਲਾਬਾਦ ਦੇ ਲੋਕ ਕਹਿੰਦੇ ਹੁੰਦੇ ਸਨ ਪਹਾੜੀ ਤੇ ਡਰਾਮਾ ਵੇਖਣਾ ਤੇ ਕਹਿਣਾ ਭਈ ਅਸੀਂ ਆਪਦਾ ਵੇਖਦੇ ਨਾ, ਆਵਾਜ਼ ਦੇ ਆਸ਼ਿਕ ਆ। ਉਹ ਸਟੇਜ ਤੇ ਬਾਹਰੋਂ ਆਵਾਜ਼ ਲਾਉਂਦੀ ਹੈ ਨਾ ਤੇ ਕਿੰਨੀ ਕਿੱਡਾ ਹਾਲ ਹੈ ਪਹਾੜੀ ਦਾ, ਕਿੱਡਾ ਹਾਲ ਹੈ। ਤੇ ਕਹਿੰਦੇ ਹੁੰਦੇ ਸਨ ਸਾਨੂੰ ਆਖਰੀ ਸੀਟ ਤੇ ਵੀ ਉਹਦੀ ਆਵਾਜ਼ ਆਉਂਦੀ, ਇਹੋ ਜਿਹੀ ਲੋਡ ਆਵਾਜ਼ ਪੂਰੀ ਫੀਲਡ 'ਚ ਕਿਸੇ ਦੀ ਨਹੀਂ ਸੀ। ਇੰਨਾ ਕੁ ਲੋਕ ਖੁਸ਼ ਹੁੰਦੇ ਸਨ, ਚਲੋ ਖੁਸ਼ੀਆਂ ਵੰਡੀਆਂ, ਅੱਲਾ ਨੇ ਮੇਰੀ ਇੱਕ ਡਿਊਟੀ ਲਾਈ ਸੀ, ਹੁਣ ਮੈਨੂੰ ਵੀ ਖੁਸ਼ੀਆਂ ਦੀ ਜ਼ਰੂਰਤ ਹੈ। ਅੱਲਾ ਖੈਰ ਸਲਾਮਤੀ ਦੇਵੇ। ਮੈਂ ਸੁਣਿਆ ਤੁਹਾਡੀ ਬੱਚੀ ਦੀ ਸ਼ਾਦੀ ਹੈ। ਹਾਂਜੀ ਅਲਹਮਦੁਲਿਲਾ। ਅੱਲਾ ਕੋਈ ਨੀ, ਧੀਆਂ ਦੇ ਕੰਮਾਂ ਚ ਅੱਲਾ ਖਲੋਂਦਾ ਹੈ, ਬੜਾ ਬੜਾ ਅੱਲਾ ਧੀਆਂ ਵਾਲਿਆਂ ਨੂੰ ਪਿਆਰ ਕਰਦਾ ਧੀਆਂ ਨੂੰ, ਤੇ ਅੱਲਾ ਉਹਦੀ ਵੀ ਸ਼ਾਦੀ ਅੱਛੇ ਤਰੀਕੇ ਨਾਲ ਹੋਵੇ, ਔਰ ਅੱਲਾ ਤੇਰੀ ਮਦਦ ਫਰਮਾਏ ਹਰ ਪਾਸਿਓ, ਔਰ ਅੱਲਾ ਇਸ ਤਰ੍ਹਾਂ ਰੱਖੇ, ਸ਼ਰਮਾ ਰੱਖੇ। ਅੱਲਾ ਆਪਣੇ ਮਹਿਬੂਬ ਤੇ ਸਦਕੇ ਜਨਾਬੇ ਫਾਤਮਾ ਤੋਂ ਸਾਰਾ ਸਲਾਮ ਅੱਲਾ ਲੈ ਦੇ ਸਦਕੇ, ਅੱਲਾ ਤੇਰੀ ਧੀ ਦੇ ਨਸੀਬ ਅੱਛੇ ਕਰੇ। ਮੈਂ ਸਪੈਸ਼ਲੀ ਦੁਆ ਕਰ, ਜਜ਼ਾਕ ਅੱਲਾ। ਬਸ ਤੇ ਆਓ ਅੱਜ ਫਿਰ ਐਤ ਕਰੀਏ ਕਿ ਜ਼ਿੰਦਗੀ ਉਹੀ ਹੈ ਜਿਹੜੀ ਕਿਸੇ ਦੇ ਕੰਮ ਆਵੇ। ਪੈਦਾ ਕੀਆ ਇਨਸਾਨ ਕੋ ਦਰਦੇ ਦਿਲ ਕੇ ਵਾਸਤੇ, ਤੇ ਦਰਦੇ ਦਿਲ ਇਹੀ ਹੈ, ਸਿਲਾ ਰਹਿਮੀ ਇਹੀ ਹੈ। ਅੱਲਾਹ ਤਾਲਾ ਨੇ ਬਾਰ 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 ਆਪਣੇ ਇਨਸਾਨ ਨੂੰ ਬਖਸ਼ਣ ਦੇ, ਉਹਦੇ ਵਾਸਤੇ ਜੰਨਤ ਦੇ ਹਜ਼ਾਰਾਂ ਨਹੀਂ ਲੱਖਾਂ ਬਹਾਨੇ ਰੱਖੇ ਨੇ। ਆਓ ਕੋਈ ਇੱਕ ਬਹਾਨਾ ਢੂੰਡ ਕੇ ਕਿਸੇ ਉਹਦੇ ਇੱਕ ਬੰਦੇ ਨੂੰ ਰਾਜ਼ੀ ਕਰ ਲਈਏ ਅਤੇ ਜੰਨਤ ਕਮਾ ਲਈਏ। ਪਾਕਿਸਤਾਨ ਜ਼ਿੰਦਾਬਾਦ।